ਮਾਸ਼ਾਅੱਲਾ ਮਾਸ਼ਾਅੱਲਾ ਜਿਹੜੀ ਹੈ ਯੂਰਪ ਤੋਂ ਉਹਨਾਂ ਨੇ ਪਹਿਲੀ ਹੈਲਪ ਆਈ ਹੈ, ਜਿਹਨਾਂ ਨਾਲ ਮੈਂ ਵਲੋਗ ਲਾਇਆ ਸੀ ਉਹਨਾਂ ਨੇ ਆਈ ਹੈ ਹੈਲਪ 20,000 ਰੁਪਇਆ, ਅਤੇ ਨਬੀਲ ਬਾਈ ਉਹਨਾਂ ਭੇਜਿਆ ਉਹਨਾਂ ਨੇ 20,000 ਰੁਪਇਆ ਆਈ ਹੈ ਮਾਸ਼ਾਅੱਲਾ ਪੂਰਾ, ਅਤੇ ਇਹ ਹੁਣ ਜੋ ਹਾਲਾਤ ਚੈਨਲ ਕੀ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰੀ ਕਿ ਨਾ, ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰੇ, ਤੇ ਵੀਡੀਓ ਕੀ ਕਾਇੰਡਲੀ ਸਕਿਪ ਨਾ ਕਰਿਆ ਕਰੋ ਪੂਰਾ ਦੇਖਿਆ ਕਰੋ, ਕਿ ਮੈਂ ਡੁੱਬੀ ਤੇ ਮਰੀ ਗਈ ਹਾਂ ਤੇ ਕਸਮੇ ਤੱਕ ਹੋਣਾ ਮਜ਼ਦੂਰ ਬੰਦੇ ਨਹੀਂ ਕਿਹਾ ਜ਼ਿੰਦਗੀ ਹੈ ਉੱਥੋਂ ਕਿੱਥੇ ਜਾ ਸਾ ਤੂੰ ਕੋਈ ਸੱਪ ਬਿੱਛੂ ਬਿੜੀ ਬਹੁਤ ਡਰ ਲੱਗਣਾ ਪਿਆ ਨੇ ਕੁਝ ਪੀ ਨਹੀਂ ਸਕਣਾ ਮਿੱਗੀ ਤੂੰ ਕਿੱਥੇ ਨੰਗਾ ਕੱਪੜੇ ਸਿੱਜੀ ਓ ਮਾਈ ਗੋਡ ਬਹੁਤੀ ਬਾਰਿਸ਼ ਹੈ ਅੱਲਾ ਜੀ ਲਾ ਇਲਾਹਾ ਇਲੱਲਾ ਮੁਹੰਮਦ ਰਸੂਲਲਾ ਮੈਂ ਬਸ ਜਾਣੀ ਪਈ ਡਰ ਲੱਗਣਾ ਕੋਈ ਸਭ ਬਿੱਛੂ ਨਾ ਬਿੜੀ ਤੇ ਬਸ ਸੁਣ ਨਿਕਲੀ ਆਈ ਹਾਂ ਰੋਡਾਂ ਤੋਂ ਗਲੀ ਥੋੜ੍ਹੀ ਮੁਸ਼ਕਿਲ ਹੈ ਸਾਨੂੰ ਆਈ ਗਿਆ ਆਈ ਗਿਆ ਆਈ ਸਾਡੇ ਦੀ ਗਲਤੀ ਹੈ ਉਹ ਨਹੀਂ ਗੱਡੀ ਮਿਲ ਕੇ ਆਉਣਾ ਪਿਆ ਨਾ ਨਹੀਂ ਸੀ ਗੱਡੀ ਚੈੱਕ ਕਰੋ ਗਾਇਸ ਗਲੀ 'ਚ ਮੈਂ ਆਈ ਕਿ ਤਾਂ ਬਿਲਕੁਲ ਬੰਦ ਹੈ ਸ਼ੀਸ਼ੇ ਕਿਉਂਕਿ ਬਾਰਿਸ਼ ਬੰਦ ਹੋ ਜਾਂਦਾ ਹੈ ਗੱਡੀ
ਬਾਰਾ ਸਾ ਉਹ ਬੜੀ ਗੱਡੀ ਸੀ ਨਿਕਲੀ ਗਈ ਸਾਡੀ ਗੱਡੀ ਨਿਕਲੀ ਆ ਹੁਣ ਦੁਆ ਕਰੇ ਜੇ ਮੈਂ ਮਰੀ ਗਿਆ ਤਾਂ ਮੈਂ ਬਾਹਰ ਬਰਾਣੀ ਨਹੀਂ ਮਾਫ਼ ਕਰੇ ਤਾਂ ਮੱਲੇ ਮਰਨੇ ਪਹਿਲੇ ਮੈਂ ਲਾ 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 ਮੁਹੰਮਦ ਰਸੂਲ ਪੜ੍ਹੀ ਨਾਲ ਨਾਲ ਕਲਮਾ ਛਤਰੀ ਵੀ ਜਵਾਬ ਦੇ ਮਰਨੇ ਸੀ ਪਹਿਲੇ ਮੈਂ ਇੱਕ ਸੈਲਫੀ ਦੇ ਕੇ ਅੱਜ ਸਾਧੀਆਂ ਇੱਥੋਂ ਨੰਗੇ ਤੁਸੀਂ ਜਾ ਸਕਦੇ ਠੀਕ ਹੈ ਫਿਰ ਅਸਾਂ ਕੀ ਹੈ ਜੋ ਲਿਆ ਖਿਆਲ ਔਰ ਮੈਂ ਤੁਹਾਨੂੰ ਨਾਲ ਨਾਲ ਅਪਡੇਟ ਕਰਦੇ ਸਾਂ ਇਸ ਮੁਸ਼ਕਿਲ ਸੂਰਤ ਹਾਲ ਵਿੱਚ ਵੀ ਤੁਹਾਨੂੰ ਭੈਣ ਲੇਟੈਸਟ ਅਪਡੇਟ ਤੁਸਾਂ ਤੱਕ ਪਹੁੰਚਾ ਨਹੀਂ ਰਹੇ ਸੀ ਤਾਂ ਤੂੰ ਅੰਬਰੇਲਾ ਵੀ ਨਹੀਂ ਕੀਤੀ ਐਦਾ ਅੱਜ ਅੱਜ ਨਾ ਤੂੰ ਵਾਰੀ ਮੈਂ ਕੀ ਯਾਦ ਰਹੀ ਸੀ ਸਾਰੀ ਜ਼ਿੰਦਗੀ ਇਹ ਉੱਪਰ ਨਾਲੇ ਵਗਣੇ ਪਏ ਆਪਣਾ ਮਾਹੌਲ ਕਸਮੇ ਖੂਬਸੂਰਤ ਬਹੁਤ ਪਾਣੀਆਂ ਇਹ ਬਹੁਤ ਪਾਣੀਆਂ ਤੋਂ ਸਲਾਬ ਚੜ੍ਹੇ ਹੋ ਸਾਨੂੰ ਸਾਹਮਣਾ ਕਰ ਲੈ ਆਈ ਅੱਲਾ ਜੀ ਅਸਾਂ ਆਖਰ ਪਹੁੰਚੇ ਆ ਆਪਣੀ ਮੰਜ਼ਿਲ ਪਰ ਮੈਂ ਹਾਂ ਪੈਰ ਵੀ ਤੇਜ਼ ਨਾ ਅੱਛਾ ਇਹ ਤਾਂ ਕੋ ਨਲ ਨੇ ਤਾਜ਼ਾ ਪਾਣੀ ਇਸਨਾਂ ਮੈਂ ਖੂਹ ਹੈ ਨਾ ਇਹ ਸੋ ਤੇ ਆ ਤੱਕ ਤਾਜ਼ਾ ਪਾਣੀ ਵੀ ਇਸਨਾਂ ਪਿਆ ਨਲਕੇ ਨਾਲ ਹੁੰਦੀ ਹੈ ਕੀ ਕਹਿੰਦੇ ਕਿ ਬਹੁਤ ਕੰਡਾ ਤੋਂ ਆ ਕੰਡਾ ਚਲੋ 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 ਆ ਫਿਰ ਉੱਤੇ ਗੰਦਾ ਆ ਗਈ ਤਾਂ ਫਿਰ ਚਲੋ ਗਏ ਜਿੰਨੇ ਆ ਮਾਰੀ ਜੁੱਤੀ ਰੁੜੀ ਗਈ ਉਹ ਖਾਲਾ ਤਾਂ ਕੋ ਜੀ ਪਿਆਰੇ ਪਾਕਿਸਤਾਨ ਨੇ ਜਿਹੜੇ ਨਾ ਸੂਰਤ ਹਾਲ ਇਹ ਤੁਸਾਂ ਕੀ ਨਾ ਯਾਦ ਅੱਛੀਆਂ ਹੋ ਸਨ ਜਿਹੜੇ ਜਿਹੜੇ ਪਰਦੇਸਾਂ 'ਚ ਹਨ ਸਾਰਿਆਂ ਨਾਲ ਇਹ ਹੋਇਆ ਸੀ ਸਿਸਟਮ ਪਰ ਕਸਮੇ ਇੰਜੋਏ ਕਰਨੇ ਪਿਆ ਬਹੁਤ ਜ਼ਿਆਦਾ ਅਲਹਮਦੁਲਿਲਾ ਜੀ ਆ ਉਹਨਾਂ ਨੂੰ ਨਾ ਬੜਾ ਸਾਹਿਬ ਨਾਲ ਕੰਮ ਸ਼ੰਮ ਕਰੀ ਤਾਂ ਵਾਪਸ ਆਈ ਗਿਆ ਤਾਂ ਪਾਣੀ ਵੀ ਖਤਮ ਹੋ ਗਿਆ ਅਜ਼ਾਨ ਹੋਣੀ ਤਾਂ ਪਹਿਲੇ ਸੁਣੀ ਕਿ ਨਾ ਤਾਂ ਫਿਰ ਬਣਾ ਸਾ ਵਲੋਗ ਅਜ਼ਾਨ ਖਤਮ ਹੋਏਗੀ ਤੁਸੀਂ ਵਾਪਸ ਆਪਣਾ ਵਲੋਗ ਸ਼ੁਰੂ ਕੀਤਾ ਤਾਂ ਉਹ ਪਾਰ ਤੱਕ ਬੜੀਆਂ ਖਿੜਕੀਆਂ ਨੇ ਬਰਾਤੀਆਂ ਕੋਸ਼ਿਸ਼ ਕਰ ਸਕਦਾ ਕਿ ਖੋਲੂ ਦੱਸਾਂ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਮੈਂ ਜੋ ਹੈ ਨਾ ਆਈ ਗਈ ਇੱਥੇ ਏ ਟੀ ਐੱਮ ਪਰ ਤਾਂ ਇੱਥੇ ਜੋ ਹੈ ਨਾ ਏ ਟੀ ਐੱਮ ਯੂਜ਼ ਕਰਸਾਂ ਮਾਸ਼ਾਅੱਲਾ ਮਾਸ਼ਾਅੱਲਾ ਜਿਹੜੀ ਹੈ ਯੂਰਪ ਤੋਂ ਉਹਨਾਂ ਨੇ ਪਹਿਲੀ ਹੈਲਪ ਆਈ ਹੈ ਜਿਹਨਾਂ ਨਾਲ ਮੈਂ ਵਲੋਗ ਲਾਇਆ ਸੀ ਉਹਨਾਂ ਨੇ ਆਈ ਹੈ ਹੈਲਪ 20,000 ਰੁਪਇਆ ਅਤੇ ਨਬੀਲ ਬਾਈ ਨੂੰ ਭੇਜਿਆ ਉਹਨਾਂ ਦਾ ਨਾਂ ਨਬੀਲ ਹੈ ਉਹਨਾਂ ਦੱਸਿਆ ਵੀ ਕਿ ਤਾਂ ਬਾਕੀ ਉਹ ਜੋ ਵੀ ਹਨ ਜਿੱਥੇ ਵੀ ਰਹਿਣ ਅੱਲਾਹ ਤਾਲਾ ਉਹਨਾਂ ਕੀ ਖੁਸ਼ ਰੱਖਣ ਦਾ ਬਾਅਦ ਰੱਖਣ ਤਾਂ ਇਸ ਬਾਰੇ ਡਿਟੇਲ 'ਚ ਬਾਅਦ ਹੀ ਗੱਲ ਕਰਸਾਂ ਫਿਲਹਾਲ ਮੈਂ ਪੈਸੇ ਕਢਾਈ ਕਿ ਨਾ ਤਾਂ ਫਿਰ ਅਗਲੀ ਗੱਲ ਅਸੀਂ 20,000 ਰੁਪਇਆ ਵਾ ਇਹ ਮੁਸਾ ਕਿ ਬਾਈ ਛੋੜੋ ਹੈ ਜੀ ਏ ਟੀ ਐੱਮ ਯੂਜ਼ ਕੀਤਾ ਵਾ ਤਾਂ 20,000 ਰੁਪਇਆ ਆਈ ਗਿਆ ਵਾ ਮਾਸ਼ਾਅੱਲਾ ਪੂਰਾ ਅਤੇ ਇਹ ਹੁਣ ਜੋ ਹੈ ਨਾ ਜੈਸੇ ਕਿ ਵੀਡੀਓ ਨਹੀਂ ਸਾਹਮਣੇ ਇਨਸ਼ਾਅੱਲਾ ਅੰਕਲ ਤੱਕ ਉਹਨਾਂ ਨੂੰ ਜਿਹੜੀ ਹੈਲਪ ਹੈ ਉਹ ਪਹੁੰਚੀ ਅਸੀਂ ਅੱਜ ਮੈਂ ਕੀਤੀ ਵੀ ਸਲੋਨ 'ਚ ਛੁੱਟੀ ਤਾਂ ਮੈਂ ਚਾਹੁੰਦੀ ਸਾਂ ਕਿ ਮੈਂ ਘਰ ਵਾਸਤੇ ਥੋੜ੍ਹੀਆਂ ਚੀਜ਼ਾਂ ਕਿ ਨਹੀਂ ਕਿਨਾ ਤਾਂ ਮੈਂ ਕਿ ਬਾਈ ਕੀਤੇ ਨੇ ਗਲਾਸਾਂ ਨੇ ਸੈੱਟ ਤਾਂ ਉਹ ਇੱਥੇ ਇੱਥੇ ਨਾਈਸਨੈਸ ਚੀਜ਼ਾਂ ਹਨ ਕਿ ਦਿਲ ਕਰਨਾ ਮੈਂ ਸਾਰੀਆਂ ਕਿ ਨਹੀਂ ਜਾਂ ਲੈ ਕੇ ਦੱਸਾਂ ਤਾਂ ਤੁਸੀਂ ਰਹਿੰਦਾ ਮੈਂ ਨਾਲ ਨਾਲ ਚੈਨਲ ਕੀ ਕਰੀ ਕਿਉਂ ਸਬਸਕ੍ਰਾਈਬ ਅਤੇ ਵੀਡੀਓ ਕੀ ਲਾਈਕ ਸ਼ੇਅਰ ਜ਼ਰੂਰ ਕਰੇ ਅਤੇ ਜੇ ਕੋਈ ਬਰਤਨ ਪਸੰਦ ਆਇਆ ਤਾਂ ਮੈਂ ਕਿ ਬਾਏ ਮੈਂ ਤੁਸਾਂ ਮਰ ਵੀ ਚਾਹੀ ਕਿ ਨਸਾਂ ਆ ਤਾਂ ਕੁਝ ਟਰੇ ਕਿਤੇ ਨਾਈਸ ਨੇ ਕਿਆ ਰੇਟ ਹੈ ਬਾਈ ਨਾ ਨਾ ਫਿਰ ਲਰੇਬ ਤੱਕੇ ਨਾ ਉਹ ਹੀ ਨਾਈਸ ਨਹੀਂ ਆਏ ਆ ਮੰਡ ਪਏ ਇਹ ਕਰੀ ਛੋੜੋ ਫਿਰ ਹੈ ਨਾ ਇਹ ਨਾਈਸ ਉਹ ਹੀ ਨਾ ਕੋਈ ਨਹੀਂ ਨਾਈਸ ਛੋੜੋ ਆਈ ਨਹੀਂ ਦੇ ਛੋੜੋ ਠੀਕ ਹੈ
अच्छा जी भाई को मैं आटा गुन्ननी त्रामी मंगी लेकिन उन्हें आटा गुन्ननी मशीन दसी ओड़ी आने अजकल एडवांस दौर हो गया तो आटा गुन्ननी मशीन करो साहब लो जी असा लोग कितने ज़्यादा एडवांस हो गए हैं। प्लेटा भी मैं करा वास्ते आई कि अपने शाम का टाइम है बारिश लगी है ब्लॉग ना अपना अख्ताम इतना करी तो नाल ये आखना चाहनी हाँ कि यकीन करो जो कुछ फैमिली नहीं माड़े चैनल ने तो मैं ना जल्द हेल्प हो जानी है ना तो दिल कि इतना सुकून इतना इतमान आना सो सोची नहीं सकने हो तो राती नींदर कितनी सोहनी पीनी कसमें तो मैं आनी अल्लाह तला से सारे कि मुसलमान बनाया तो मुसलमान का कम है दूसरे मुसलमान की मदद करना चाहे अस जिस तरह भी करी सकने जिस तरह भी पैसे ने तरीके और भी बहुत सारे तरीके होने हेल्प करने ने तो अल्लाह तला अस हेल्प करने तो ठीक है फरमान एक दुए ने अस सारे रली मिली तो अपने भैन भ्रा जे पाकिस्तान गरीब बन उन्होंने थोड़ा बहुत अपनी अलानी कमाई चुजा ना अस उन्होंने करना मैं तो दुआ करनी अल्लाह तला जेडे जेडे उन्होंने हेल्प करने पे अल्लाह तला उन्होंने खुश रखना बाद रखना तो उन्होंने कारोबार इतनिया बरकत ना बन इतनिया ज़्यादा यकीन करो उन्होंने घाटा कोई भी नहीं अच्छा लगा तो एक भाई माशाल्लाह माशाल्लाह सब तो पहले जी हेल्प आई है वह यूरोप तो आई है तो भाई का नाम भी अपना दसिया नबील नाम वा उन्होंने तो अल्लाह उन्होंने खुश रखन आबाद रखन असना मुस्कुराता रखन तो अल्लाह तला उन्होंने कारोबार बरकत बन अल्लाह तला उन्होंने वाले देन की लंबी उम्र देन सेहत देन जेडी जी दुआ उन्होंने हक में बेहतर अल्लाह तला उन्होंने आज जायज़ ख्वाहिशात की पूरा कर तो 20,000 रुपया उन्होंने भेजा वह हैदर भाई दर माशाल्लाह इस तो चंगी कि गल है तो जी उन्हों तक आवाज़ गई है तो उन्होंने दिला में इंसानी हमदर्दी सी और भी बहुत सारे भैन भरावों कॉन्टैक्ट किया वै इस अलावा एक सिस्टर उन्होंने इंग्लैंड से किया वै कॉन्टैक्ट है उन्होंने भी कॉन्टैक्ट देना चाहिए तो एक ने उन्होंने फैमिली उन्होंने भी इंग्लैंड से किया तो इंशाल्लाह उन्हें आया कि मंडे तक तो सीना हेल्प ली जा सी तो मैं कोशिश इं करी रही हूँ कि उन्होंने वास्ते एक छोटा मोटा जड़े भैन भरा करवा करने पे हेल्प एक कोई दुकान कोई इस तरह की चीज़ है ना बनाई दें जगह इतनी हेल्प हो सके ताकि उन्होंने बैठे बिठाए एक रोज़गार लगी जाए तो हमेशा उस दुआवं यकीन करो जो दुआवं सकून दसन ना इतमान दसन ना उसने उस तो अलावा कोई जी है ना चंगी चीज़ नहीं होगी तो शाम का टाइम हो गया मैं भी अपना बिलोंग ना कर साम दसो सारे को इजाजत अपनी सिस्टर की इजाजत अपना बहुत सारा याद रखे तो अल्लाह सोने वाला है।